ਮੈਂ ਬੇਨਤੀ ਕਰਦਾ ਭਾਈ ਤਰਨਜੀਤ ਸਿੰਘ ਨਿਮਾਣਾ ਜੀ ਨੂੰ ਜਿਹੜੇ ਕਿ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਲੁਧਿਆਣਾ ਤੋਂ ਆਏ ਨੇ ਔਰ ਇਹ ਇਹਨਾਂ ਦਾ ਬਹੁਤ ਪੰਥਕ ਹਲਕਿਆਂ ਦੇ ਵਿੱਚ ਨਾਮ ਹੈ ਔਰ ਖਾਸ ਕਰਕੇ ਖੂਨਦਾਨ ਕੈਂਪ ਲਗਾਉਣ ਦੇ ਵਿੱਚ ਇਹ ਬਹੁਤ ਮੋਹਰੀ ਨੇ ਔਰ ਪਿਛਲੇ 20 ਸਾਲ ਤੋਂ ਲਗਾਤਾਰ ਇਹ ਸਮਾਜ ਦੇ ਵਿੱਚ ਨਿਸ਼ਕਾਮ ਸੇਵਾ ਕਰ ਰਹੇ ਨੇ ਬਲੱਡ ਸੇਵਾ ਦੇ ਮਾਮਲੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਜਦੋਂ ਵੀ ਕਿਸੇ ਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ ਕਿਸੇ ਪੇਸ਼ੈਂਟ ਨੂੰ ਐਮਰਜੈਂਸੀ ਵਿੱਚ ਤਾਂ ਦਿਨ ਰਾਤ ਦੇਖੇ ਬਿਨਾ ਰੰਗ ਨਸਲ ਦੇਖੇ ਬਿਨਾ ਜਾਤ ਵਰ ਜਾਤ ਵਰਗ ਦੇਖੇ ਬਿਨਾ ਇਹ ਸੇਵਾ ਕਰਦੇ ਨੇ ਤੇ ਮੈਂ ਇਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਔਰ ਦੂਸਰੀ ਗੱਲ ਇਹ ਹੈ ਕਿ ਅੱਜ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਇਸ ਪਾਵਨ ਦਿਹਾੜੇ ਨੂੰ ਸਮਰਪਿਤ ਭਾਈ ਤਰਨਜੀਤ ਸਿੰਘ ਨਿਮਾਣਾ ਜੀ ਭਾਈ ਕਨਿਆ ਜੀ ਸੇਵਾ ਸੁਸਾਇਟੀ ਵੱਲੋਂ 2 ਦਿਨ ਦਾ ਖੂਨਦਾਨ ਕੈਂਪ ਲਗਾਇਆ ਗਿਆ ਤੇ ਉਸ ਖੁੰਦਾਨ ਕੈਂਪ ਦੀਆਂ ਕਾਰਵਾਈਆਂ ਚੱਲ ਰਹੀਆਂ ਨੇ ਖੁੰਦਾਨੀ ਸੱਜਣ ਉਥੇ ਜਾ ਕੇ ਖੁੰਦਾਨ ਕਰ ਸਕਦੇ ਨੇ ਤੇ ਮੈਂ ਬੇਨਤੀ ਕਰਨਾ ਭਾਈ ਨਿਮਾਨਾ ਜੀ ਨੂੰ ਉਹ 3 ਮਿੰਟ ਵਾਸਤੇ ਸਟੇਜ ਤੇ ਆ ਕੇ ਆਪਣੇ ਵਿਚਾਰ ਸਾਂਝੇ ਕਰਨ ਭਾਈ ਤਰਨਜੀਤ ਸਿੰਘ ਨਿਮਾਨਾ ਜੀ ਭਾਈ ਕਨੇਹਾ ਜੀ ਸੇਵਾ ਸੁਸਾਇਟੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਾਲ ਸਾਰਾ ਭਰਿਆ ਹੋਇਆ ਆਪਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਪਰ ਮੈਨੂੰ ਫਤਿਹ ਦਾ ਜਵਾਬ ਆਇਆ ਨਹੀਂ ਸਵਾਦ ਨਹੀਂ ਆਇਆ ਤੇ ਜਿਹੜੀ ਜੱਗ ਤੇ ਫਤਿਹ ਜਿਹੜੀ ਜਿਹੜੀ ਜੀ ਜੁਬਾਨ ਤੇ ਫਤਿਹ ਤੇ ਜੱਗ ਤੇ ਫਤਿਹ ਸੋ ਆਪਾਂ ਇੱਕ ਵਾਰੀ ਆਓ ਫਿਰ ਦੁਬਾਰਾ ਰਸਨਾ ਵਾਂਜੀ ਕਰੀਏ ਵਸਰ ਅਰਸਨਾ ਸਾਂਝੀ ਕਰੀਏ ਫਤਿਹ ਬੁਲਾਈਏ ਗੱਜ ਵੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਵਾਦ ਸਮੂਹ ਸੰਗਤਾਂ ਦਾ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਕੋਟ ਕੋਟ ਵਧਾਈਆਂ ਹੋਣ ਜਗਤ ਗੁਰੂ ਹੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਸੰਸਾਰ ਦੇ ਰਹਿਬਰ ਹਨ ਸਮੁੱਚੀ ਮਾਨਵਤਾ ਲਈ ਹਨ ਤੇ ਗੁਰੂ ਸਾਹਿਬ ਨੇ ਸੁਚੀ ਮਾਨਵਤਾ ਦੀ ਗੱਲ ਕੀਤੀ ਹੈ ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਹੈ 6 ਗੁਰੂ ਸਾਹਿਬਾਨ ਸਮੇਤ 35 ਮਹਾਪੁਰਸ਼ਾਂ ਦੀ ਬਾਣੀ ਹੈ 35 ਮਹਾਪੁਰਸ਼ਾਂ ਤੋਂ ਭਾਵ ਹੈ ਕੇ 35 ਦੇ 35 ਸਾਡੇ ਉਹ ਮਹਾਪੁਰਸ਼ ਜਗਤ ਗੁਰੂ ਹਨ ਜਿਨ੍ਹਾਂ ਵਿੱਚੋਂ ਅਸੀਂ ਅੱਜ ਸਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਿੰਘੂ ਬਾਰਡਰ ਤੇ ਮਨਾ ਰਹੇ ਹਾਂ ਸਮੁੱਚੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਇਸ ਦਿਹਾੜੇ ਤੇ ਆਪਾਂ ਅੱਜ ਜੋ ਸਾਨੂੰ ਗੁਰੂ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਸੰਦੇਸ਼ ਦਿੱਤਾ ਸੀਗਾ ਉਸ ਦੇਸ਼ ਦੀ ਨਾ ਕੋ ਬੈਰੀ ਨਹੀਂ ਬਗਾਨਾ ਮਾਨਸ ਕੀ ਜਾਤ ਸਬੇ ਕੇ ਪਹਿਚਾਨ ਬੋ ਇਹਨਾਂ 35 ਮਹਾਂਪੁਰਸ਼ਾਂ ਨੇ ਜਗਤ ਗੁਰੂਆਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਮੁੱਚੀ ਸਮੁੱਚੀ ਮਾਨਤਾ ਨੂੰ ਪੂਰੇ ਵਿਸ਼ਵ ਨੂੰ ਸਰਬ ਸੰਜੀਵਾਲਤਾ ਦਾ ਸੰਦੇਸ਼ ਦਿੱਤਾ ਸੀ ਸੋ ਸਾਨੂੰ ਅੱਜ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮੋਖੇ ਤੇ ਸਾਨੂੰ ਅੱਜ ਆਪਣੇ ਮਨਾਂ ਦੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਜੀ ਅਸੀਂ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾਇਆ ਆਪਣੇ ਜੀਵਨ ਦੇ ਵਿੱਚ ਅੱਜ ਸਾਨੂੰ ਮੁਨਕਤਾ ਨੂੰ ਵੰਡਣ ਲਈ ਤਰ੍ਹਾਂ ਤਰ੍ਹਾਂ ਦੇ ਛੜਜੰਤਰ ਰੱਤੇ ਜਾ ਰਹੇ ਹੈ ਜਗਤ ਗੁਰੂ ਬਾਬੇ ਨਾਨਕ ਨੇ 550 ਸਾਲ ਪਹਿਲਾਂ ਸਾਨੂੰ ਜਾਤ ਪਾਤਾਂ ਧਰਮਾਂ ਮਜਬਾ ਤੋਂ ਕੱਢਿਆ ਸੀ ਪਰ ਅਸੀਂ ਅੱਜ ਵੀ ਫਸੇ ਹੋਏ ਆਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਜਗਤ ਗੁਰੂ ਨੇ ਤੇ ਇਹਦੇ ਜਿਹੜੇ 35 ਮਹਾਪੁਰਸ਼ ਨੇ ਜਿਨ੍ਹਾਂ ਨੂੰ ਆਪਾਂ ਜਗਤ ਗੁਰੂ ਵੀ ਕਹਿੰਦੇ ਆ ਗੁਰੂ ਰਵਿਦਾਸ ਜੀ ਨੇ ਆ ਪ੍ਰਕਾਸ਼ ਜਿਹੜਾ ਮਨਾ ਰਹੇ ਆ ਤੇ ਇੱਕ ਫਿਰਕੇ ਦੇ ਨਾਲ ਇੱਕ ਜਾਤ ਦੇ ਨਾਲ ਇੱਕ ਦੇਸ਼ ਦੇ ਨਾਲ ਇੱਕ ਕੌਮ ਦੇ ਨਾਲ ਜੋੜ ਕੇ ਇਹਨੂੰ ਦੇਖਣਾ ਕਿ ਗੁਰੂ ਸਾਡੇ ਨੇ ਪਹ ਹਨੇਰੇ ਤੋਂ ਸਵਾਇ ਸਾਡੇ ਪੱਲੇ ਕੱਖ ਨਹੀਂ ਪੈਣਾ ਇਹ ਗੁਰੂ ਸਾਧਾ ਉਪਦੇਸ਼ ਨਹੀਂ ਹੈ ਗੁਰੂ ਸਾਧਾ ਉਪਦੇਸ਼ ਸੁਮਤੀ ਸਰਬਸੰਜੀ ਵਾਲਤਾ ਦਾ ਸੰਦੇਸ਼ ਹੈ ਸੋ ਇਸ ਦਿਹਾੜੇ ਤੇ ਆਪਾਂ ਅੱਜ ਪ੍ਰਣ ਕਰੀਏ ਕਿ ਅਸੀਂ ਆਪਣੇ ਗੁਰੂਆਂ ਦਾ ਉਪਦੇਸ਼ ਕਮਾਉਣਾ ਹੈ ਉਪਦੇਸ਼ ਕਮਾ ਕੇ ਜੀਵਨ ਤੇ ਲਾਗੂ ਕਰਕੇ ਆਪਾਂ ਨਵੇਂ ਸਰਬਸੰਜੀ ਵਾਲਤਾ ਸੰਦੇਸ਼ ਦੇ ਨਾਮ ਨੂੰਕਤਾ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਆਉਂਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਸ਼ਾਂ ਦੀ ਬਾਣੀ ਨੇ 35 ਨੂੰ ਵੰਡਤਾ ਸੋ ਸਮਾਂ ਜ਼ਿਆਦਾ ਨਹੀਂ ਲੈਣਾ ਸੀਮਤੇ ਬੁਲਾਰੇ ਬਹੁਤ ਨੇ ਮੇਰੀ ਇਹੀ ਸੰਦੇਸ਼ ਅੱਜ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਆਪਾਂ ਗੁਰੂ ਸਾਹਿਬ ਦੀ ਉਪਦੇਸ਼ਾਂ ਨੂੰ ਆਪਣੇ ਜੀਵਨ ਤੇ ਲਾਗੂ ਕਰਨਾ ਹੈ ਕਮਾਣਾ ਔਰ ਆਪਾਂ ਸਮੁੱਚੀ ਸਰਬ ਸਮੁੱਚੇ ਸੰਸਾਰ ਨੂੰ ਗੁਰੂ ਸਾਹਿਬ ਦੇ ਉਪਦੇਸ਼ ਨੂੰ ਪਹੁੰਚਾਉਣਾਂ ਦੇ ਤੱਕ ਇਹ ਤਾਂ ਹੀ ਸਫਲ ਹੋਣਾ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਆਪਾਂ ਇਕੱਠੇ ਹੋ ਕੇ ਹਮਲਾ ਮਾਰੀਏ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾਈਏ ਤੇ ਸ਼ਰਮ ਸੰਜੀ ਵਾਲਤਾ ਦਾ ਮਨੁੱਖਤਾ ਦਾ ਸੰਦੇਸ਼ ਪੂਰੇ ਸੰਸਾਰ ਨੂੰ ਦੇਈਏ ਗੁਰਬਾਣੀ ਇਸ ਜਗ ਮੇ ਚਾਨਣ ਸੋਏ ਜਿਸ ਤਰ੍ਹਾਂ ਇੱਕ ਸੂਰਜ ਇੱਕ ਹੈ ਤੇ ਗੁਰੂਆਂ ਦੀ ਬਾਣੀ ਵੀ ਇੱਕ ਹੈ ਸੂਰਜ ਪੂਰੇ ਸੰਸਾਰ ਨੂੰ ਰੋਸ਼ਨੀ ਦਿੰਦਾ ਤੇ ਸਾਡਾ ਗੁਰੂ ਸਬਾਨ ਦੀ ਬਾਣੀ ਵੀ ਸਾਰੇ ਸੰਦੇਸ਼ ਨੂੰ ਦਿੰਦਾ ਇਸ ਨੂੰ ਕਮਾਉਣ ਦੇ ਲਈ ਸਾਨੂੰ ਇਕੱਠੇ ਹੋ ਕੇ ਸਮੁੱਚੀ ਮਾਨਤਾ ਨੂੰ ਆਓ ਪਰਲ ਕੇ ਸੰਦੇਸ਼ ਤਈਏ ਤੇ ਮੈਂ ਸਭ ਨੂੰ ਦੁਬਾਰਾ ਵਧਾਈ ਦੇਣਾ ਔਰ ਅੱਗੇ ਵੀ ਮੈਂ ਇੱਥੋਂ ਤਿੰਨ ਚਾਰ ਵਾਰੀ ਸਟੇਜ ਤੋਂ ਬੋਲ ਕੇ ਗਿਆ ਪਿਛੇ ਡੇਢ ਮਿੰਨਾ ਮੈਂ ਇੱਥੇ ਰਹਿ ਕੇ ਗਿਆ ਸਿਵਲ ਕਿਸਾਨ ਮੋਰਚੇ ਦੇ ਸਹਿਯੋਗ ਦੇ ਨਾਲ ਲਗਾਤਾਰ ਡੇਢ ਮਿੰਨਾ ਖੂਨਦਾਨ ਕੈਂਪ ਚੱਲਦਾ ਰਿਹਾ 33 ਖੂਨ ਦੀ ਚਿੱਠੀਆਂ ਇਥੋਂ ਲਿਖੀਆਂ ਗਈਆਂ ਸੀ 32 ਸਰਕਾਰ ਨੂੰ ਭੇਜੀਆਂ ਸੀ ਇੱਕ ਯੂਨਨ ਨੂੰ ਦੇ ਕੇ ਆਈ ਸੀ ਸੋ ਮੈਂ ਅੱਜ ਦੁਬਾਰਾ ਫਿਰ ਇਹ ਐਲਾਨ ਕਰਦਾ ਤੇ ਭਾਈ ਕਨੀਆ ਜੀ ਮਿਸ਼ਨ ਸੇਵਾ ਸਾਈਡ ਨੂੰ ਕੋਈ ਇੱਕ ਵਿਅਕਤੀ ਨਹੀਂ ਚਲਾਉਂਦਾ ਉਹਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਗੁਰੂ ਰੋਵੀ ਦਾਸ ਮਹਾਰਾਜ ਜੀ ਆਪ ਚਲਾਉਂਦੇ ਆ ਸੋ ਪੂਰੇ ਭਾਰਤ ਦੇ ਵਿੱਚ ਕਿਸੇ ਨੂੰ ਵੀ ਖੂਨ ਦੀ ਲੋੜ ਹੈ ਸਾਡੀ ਸੁਸਾਇਟੀ ਵੱਲੋਂ 24 ਘੰਟੇ ਫ੍ਰੀ ਸੇਵਾ ਹੈ ਮੈਂ ਖੂਨ ਤੁਹਾਨੂੰ ਲੈ ਕੇ ਦੇਣਾ ਬਲੱਡ ਬੈਂਕ ਵਿੱਚੋਂ ਜਿਹੜਾ ਅਸੀਂ ਕੈਂਪ ਲਾ ਕੇ ਇਕੱਠਾ ਕਰਦੇ ਆਂ ਉਹਦੀ ਡਿਊਟੀ ਹੈ ਮੇਰੀ ਮੇਰੇ ਕੋਲੇ ਸਤਗੁਰੂ ਨੇ ਦੀ ਪਾਵਰ ਦਿੱਤੀ ਹੈ ਸ਼ਬੀਲ ਆਈ ਹੈ ਖੂਨ ਦੀ ਜਿੰਨਾ ਮਰਜ਼ੀ ਖੂਨ ਲੈ ਲਓ ਜਿੰਨਾ ਮਰਜ਼ੀ ਵੰਡਦੇ ਹੋ ਪਰ ਮੈਂ ਤੁਹਾਨੂੰ ਕੇਵਲ ਬਲੱਡ ਬੈਂਕ ਚੋਂ ਲੈ ਕੇ ਦੇਸਾਂ ਪੂਰੇ ਭਾਰਤ ਦੇ ਕਿਤੋਂ ਮੇਰੇ ਤੋਂ ਲੈ ਲਿਓ ਮੇਰਾ ਨੰਬਰ 96535 18900 ਦੁਬਾਰਾ ਨੋਟ ਕਰ ਲਓ 96535 18900 ਕਿਸੇ ਨੂੰ ਵੀ ਖੂਨ ਦੀ ਲੋੜ ਹੈ ਤੁਸੀਂ ਇਹ ਲੈ ਕੇ ਦੇ ਸਕਦੇ ਹੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ